ਕਹਿਣਾ ਤਾਂ ਬਹੁਤ ਸੌਖਾ, ਕਿਸਾਨ ਜਿਹੜੇ ਆ ਉਹ ਰੇਪਿਸਟ ਹੈਗੇ ਸੀਗੇ, ਉੱਥੇ ਮਾਰ ਕੇ ਲਾਸ਼ਾਂ ਟੰਗੀਆਂ ਗਈਆਂ। ਪੰਜਾਬ ਦੇ ਵਿੱਚ ਕੋਈ ਸ਼ਾਇਦ ਮਹੀਨਾ ਬੀਤਦਾ ਹੋਊਗਾ ਜਾਂ ਹਫ਼ਤਾ ਬੀਤਦਾ ਹੋਊਗਾ ਜਿੱਦਣ ਤਿਰੰਗੇ 'ਚ ਲਾਸ਼ ਲਿਪਟ ਕੇ ਪੰਜਾਬ 'ਚ ਨਹੀਂ ਆਉਂਦੀ। ਜਿਨ੍ਹਾਂ ਦੀ ਮੌਤ ਹੁੰਦੀ ਹੈ ਨਾ ਸੈਨਿਕਾਂ ਦੀ, ਕਿਸਾਨਾਂ ਦੇ ਪੁੱਤ ਜ਼ਿਆਦਾ ਹੈ। ਵਿੱਚ ਅਗਰ ਰਾਸ਼ਟਰ ਦੀ ਤਲਵਾਰ ਦੀ ਕਿਸੇ ਨੂੰ ਪਰਿਭਾਸ਼ਾ ਦਿੱਤੀ ਗਈ, ਉਹ ਪੰਜਾਬ ਨੂੰ ਦਿੱਤੀ ਗਈ। ਇਹ ਤਾਂ ਵਿਚਾਰੀ ਬੀਬੀ ਕੰਗਣਾ ਰਾਓ, ਤੂੰ ਇਹ ਨਹੀਂ ਪਤਾ ਹੋਣਾ ਬਈ ਨਾਇਕ ਸੂਬੇਦਾਰ ਜਿਹੜਾ ਵਾ ਨੰਦ ਸਿੰਘ ਕੌਣ ਸੀਗਾ। ਉਹਨੂੰ ਕੋਈ ਇੱਕ ਵਾਰੀ ਨੰਦ ਸਿੰਘ ਦੀ ਹਿਸਟਰੀ ਪੜ੍ਹ, ਮੇਜਰ ਜਨਰਲ ਰਜਿੰਦਰ ਸਿੰਘ ਸਪੈਰੋ ਹੋਏ ਨੇ ਉਹਨਾਂ ਦੀ ਹਿਸਟਰੀ ਪੜ੍ਹ ਲਵੇ। ਹੀ ਵਾਜ਼ ਏ ਫਾਰਮਰ, ਉਹ ਕਿਸਾਨ ਸੀ। ਕੰਗਣਾ ਰਾਓ ਚਲੋ ਮੈਂਬਰ ਪਾਰਲੀਮੈਂਟ ਹੈ, ਲੇਕਿਨ ਅਲਫਾਜ਼ ਨੂੰ ਹਮੇਸ਼ਾ ਸੋਚ ਕੇ, ਸਮਝ ਕੇ, ਤੋਲ ਕੇ, ਮੋਲ ਕੇ ਬੋਲਣਾ ਚਾਹੀਦਾ। ਯਾਦ ਜਦੋਂ 1966 ਦੇ ਵਿੱਚ ਜੇ ਪੰਜਾਬ ਅਨਾਜ ਨਾ ਉਗਾਉਂਦਾ ਪੰਜਾਬ ਦਾ ਕਿਸਾਨ, ਤਾਂ ਰੋਟੀ ਖਾ ਲੈਣੀ ਸੀ, ਅਕਾਲ ਪੈਂਦਾ ਹੁੰਦਾ ਸੀ। ਜਾਂ ਅੱਜ ਮੱਧ ਪ੍ਰਦੇਸ਼ 'ਚ ਜਾਂ UP ਦੇ ਵਿੱਚ ਕਣਕ ਉੱਗਣ ਲੱਗ ਪਈ ਹੈ, ਅਤੇ ਅੱਜ ਪੰਜਾਬ ਦਾ ਕਿਸਾਨ ਬਲਾਤਕਾਰੀ ਹੋ ਗਿਆ। ਤੁਸੀਂ ਦੇਖੋ, ਇੰਗਲੈਂਡ ਗਿਆ ਸੀ ਊਧਮ ਸਿੰਘ, ਬਦਲਾ ਲੈਣ ਗਿਆ ਸੀ ਪੰਜਾਬੀਆਂ ਦਾ। ਅੰਗਰੇਜ਼ ਡਰੇ ਕਿੱਥੋਂ ਨੇ? ਉਹ ਕਹਿੰਦੇ ਇਹ ਤਾਂ ਲੰਡਨ ਆ ਕੇ ਬੰਬ ਮਾਰੀ ਜਾਂਦੇ, ਅਸੈਂਬਲੀ 'ਚ ਯਾਰ, ਅਦਾਲਤਾਂ 'ਚ ਮਾਰੀ ਜਾਂਦੇ ਨੇ। ਲੇਕਿਨ ਘੱਟੋ ਘੱਟ ਇਹ ਤਾਂ ਸੋਚੇ ਬਈ ਨਰਿੰਦਰ ਮੋਦੀ ਜੀ ਜਿਹੜੇ ਹਿੰਦੁਸਤਾਨ ਦੇ ਹੁਕਮਰਾਨ ਨੇ, ਜਿਹੜੇ ਪ੍ਰਧਾਨ ਮੰਤਰੀ ਨੇ, ਉਹਨਾਂ ਨੇ ਖੁਦ ਇਸ ਬਿੱਲ ਵੀ ਲਿੱਤੇ ਵਾਪਸ। ਉਹਨਾਂ ਨੇ ਇਹ ਵੀ ਕਿਹਾ ਮੇਰੇ ਕੋਲੋਂ ਜੇ ਗਲਤੀ ਹੋਈ ਹੈ ਮੈਂ ਉਹਦੀ ਸ਼ਮਾ ਮਾਫ਼ੀ ਮੰਗਦਾ। ਇਹਦਾ ਮਤਲਬ ਤੁਸੀਂ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਤੋਂ ਉੱਪਰ ਹੋ ਗਏ। ਕੀ ਜਿਹੜੇ ਪਿੰਡਾਂ 'ਚ ਹਿੰਦੂ ਰਹਿੰਦੇ ਨੇ ਫਾਰਮਿੰਗ ਨਹੀਂ ਕਰਦੇ, ਉਹਨਾਂ ਨੇ ਅੰਦੋਲਨ ਦਾ ਹਿੱਸਾ ਨਹੀਂ ਬਣੇ, ਉਹ ਖਾਲਿਸਤਾਨੀ ਨੇ, ਉਹ ਰੇਪਿਸਟ ਨੇ? ਇਹਦਾ ਮਤਲਬ ਤੁਸੀਂ ਹਿੰਦੂ ਕਮਿਊਨਿਟੀ ਨੂੰ ਵੀ ਟਾਰਗੇਟ ਕਰ ਰਹੇ ਹੋ। ਹੁਣ ਜੇ ਪੰਜਾਬ ਦੇ ਕਿਸਾਨ ਬੋਲਣ, ਫਿਰ ਉਹ ਮਾੜੇ, ਫਿਰ ਉਹ ਅੱਤਵਾਦੀ। ਕਹਿੰਦੇ ਮੈਂ ਫਸਟ ਕਿਸਾਨ ਦਾ ਪੁੱਤ ਹਾਂ, ਫਿਰ ਮੈਂ ਕਹਿੰਦੇ ਸੁਨੀਲ ਜਾਖੜ ਹਾਂ, ਅਤੇ ਫਿਰ ਮੈਂ ਕਹਿੰਦੇ ਪਾਰਟੀ ਦਾ ਪ੍ਰਧਾਨ ਹਾਂ। ਹੁਣ ਜਵਾਬ ਦੇਣ ਕੰਗਣਾ ਰਾਓ ਨੂੰ। ਕੰਗਣਾ ਰਾਓ ਭਾਵੇਂ ਕਿ MP ਬਣ ਚੁੱਕੇ ਨੇ, ਪਰ ਉਸਦੇ ਬਾਵਜੂਦ ਕੁਝ ਬਿਆਨ ਉਹ ਦੁਬਾਰਾ ਇੱਦਾਂ ਦੇ ਗਏ ਜਿਸ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ। ਦੁਬਾਰਾ ਮੈਂ ਤਾਂ ਕਿਹਾ ਕਿਉਂਕਿ ਪਹਿਲਾਂ ਵੀ ਇਸ ਤਰ੍ਹਾਂ ਦੇ ਬਿਆਨ ਉਹ ਦਿੰਦੇ ਰਹੇ ਨੇ, ਪਹਿਲਾਂ ਵੀ ਇੱਦਾਂ ਦੇ ਬਿਆਨ ਉਹਨਾਂ ਦੇ ਸਾਹਮਣੇ ਆਉਂਦੇ ਰਹੇ ਨੇ, ਖਾਸ ਕਰਕੇ ਕਿਸਾਨ ਅੰਦੋਲਨ ਤੋਂ ਸ਼ੁਰੂ ਕਰੀਏ ਹੁਣ ਤੱਕ ਉਹਨਾਂ ਦੇ ਜਿਹੜੇ ਬਿਆਨ ਨੇ ਉਹ ਅਲੈਦਾ ਹੀ ਰਹੇ ਨੇ, ਉਹਨਾਂ ਦੇ ਕਰੀਅਰ ਤੋਂ ਅਲੈਦਾ ਰਹੇ ਨੇ। ਖੈਰ, ਹੁਣ ਤਾਂ ਪੋਲੀਟਿਕਸ ਦੇ ਵਿੱਚ ਆ ਗਏ ਨੇ, ਹੁਣ ਤਾਂ MP ਬਣ ਗਏ ਨੇ, ਪਰ ਇਸ ਦੇ ਬਾਵਜੂਦ ਕਿਸਾਨਾਂ ਨੂੰ ਲੈ ਕੇ ਇੱਕ ਵੱਡਾ ਬਿਆਨ ਉਹਨਾਂ ਨੇ ਜਾਰੀ ਕਰ ਦਿੱਤਾ, ਜਿਸ ਬਿਆਨ ਦੇ ਵਿੱਚ ਸਾਫ਼ ਕਹਿ ਦਿੱਤਾ ਕਿ ਕਿਸਾਨ ਅੰਦੋਲਨ ਦੇ ਵਿੱਚ ਤਾਂ ਸ਼ਰੇਆਮ ਲਾਸ਼ਾਂ ਜਿਹੜੀਆਂ ਨੇ ਉਹ ਟੰਗੀਆਂ ਗਈਆਂ। ਇੱਥੋਂ ਤੱਕ ਕਹਿ ਦਿੱਤਾ ਕਿ ਕਿਸਾਨ ਅੰਦੋਲਨ ਦੇ ਵਿੱਚ ਕੁੜੀਆਂ ਦੇ ਰੇਪ ਕੀਤੇ ਗਏ, ਜਿਸ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ। ਇਹ ਵਿਵਾਦ ਉਹਨਾਂ ਦੀ ਪਾਰਟੀ ਤੱਕ ਵੀ ਗਿਆ, ਉਹਨਾਂ ਦੀ ਪਾਰਟੀ ਨੇ ਯਾਨੀ ਕਿ BJP ਨੇ ਕੀ ਜਵਾਬ ਦਿੱਤਾ, ਹਰ ਕਿਸੇ ਨੇ ਦੇਖਿਆ। ਪਰ ਇਸ ਬਿਆਨ ਦਾ ਇਨਫਲੂਐਂਸ ਕਿੱਦਾਂ ਦਾ ਰਿਹਾ, ਇਹਦਾ ਕੀ ਆਧਾਰ ਹੈ, ਇਹਨੂੰ ਕਿਸ ਤਰ੍ਹਾਂ ਦੇਖਣਾ ਚਾਹੀਦਾ, ਹਰ ਇੱਕ ਚੀਜ਼ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਮੇਰੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੌਜੂਦ ਨੇ। ਡਾਕਟਰ ਸਾਹਿਬ ਸਮਾਂ ਦਿੱਤਾ, ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ। ਕੰਗਣਾ ਰਾਓ ਨੇ ਡਾਕਟਰ ਸਾਹਿਬ ਦੁਬਾਰਾ ਇੱਕ ਬਿਆਨ ਦੇ ਦਿੱਤਾ, ਹੁਣ ਤਾਂ ਖੈਰ MP ਸਾਹਿਬਾਂ ਨੇ, ਪਰ ਇਸ ਦੇ ਬਾਵਜੂਦ ਇੱਕ ਇਹੋ ਜਿਹਾ ਬਿਆਨ MP ਦੀ ਕੁਰਸੀ ਦੇ ਉੱਤੇ ਬੈਠੇ ਹੋਏ ਜਿਹੜਾ ਉਹਨਾਂ ਦੀ ਆਪਣੀ ਪਾਰਟੀ ਨੇ ਸਵੀਕਾਰ ਨਹੀਂ ਕੀਤਾ, ਪਹਿਲੀ ਗੱਲ ਤਾਂ ਇਹ, ਅਤੇ ਕਿਸਾਨ ਅੰਦੋਲਨ ਦੇ ਵਿੱਚ ਕਹਿੰਦੇ ਲਾਸ਼ਾਂ ਟੰਗੀਆਂ, ਕਹਿੰਦੇ ਉੱਥੇ ਰੇਪ ਹੋਏ ਕੁੜੀਆਂ ਦੇ, ਕਿਸ ਤਰ੍ਹਾਂ ਕਹਿ ਸਕਦੇ? ਸਾਹਿਬ ਸਿੰਘ ਜੀ, ਗੱਲ ਇਸ ਤਰ੍ਹਾਂ ਹੈਗੀ ਹੈ ਕਿ ਮੇਰੀ ਆਪਣੀ ਨਿੱਜੀ ਵਿਚਾਰਧਾਰਾ ਕਿ ਕੰਗਣਾ ਰਾਓ ਨੂੰ ਨਾ ਪੰਜਾਬ ਦੇ ਵਿੱਚ ਕਰੀਬ 1 ਸਾਲ ਰਹਿ ਕੇ, ਮੈਂ ਕਹਿੰਦਾ 1 ਸਾਲ ਦਾ ਸਮਾਂ ਵੀ ਵੈਸੇ ਥੋੜ੍ਹਾ ਹੋਏਗਾ, ਇੱਥੇ ਦੀ ਹਿਸਟਰੀ, ਇੱਥੇ ਦੇ ਲੋਕਾਂ ਦਾ ਬਲੀਦਾਨ ਅਤੇ ਇੱਥੇ ਦੇ ਲੋਕਾਂ ਦੀ ਜਿਹੜੀ ਅੱਜ ਵੀ ਦੇਸ਼ ਦੀ ਰੱਖਿਆ, ਉਹਦੇ ਬਾਰੇ ਸਟੱਡੀ ਕਰਨੀ ਚਾਹੀਦੀ ਹੈ।
ਜ਼ਰੂਰ ਆ ਕੇ ਇੱਥੇ ਸਮਝੇ ਕਿ ਪੰਜਾਬ ਕੀ ਹੈ। ਕਹਿਣਾ ਤਾਂ ਬਹੁਤ ਸੌਖਾ ਬਈ, ਕਿਸਾਨ ਜਿਹੜੇ ਆ ਉਹ ਰੇਪਿਸਟ ਹੈਗੇ ਸੀਗੇ, ਉੱਥੇ ਲਾਸ਼ਾਂ ਮਾਰ ਕੇ ਟੰਗੀਆਂ, ਮਤਲਬ ਮਾਰ ਕੇ ਲਾਸ਼ਾਂ ਟੰਗੀਆਂ ਗਈਆਂ। ਯਾਰ ਪੰਜਾਬ ਦੇ ਵਿੱਚ ਕੋਈ ਸ਼ਾਇਦ ਮਹੀਨਾ ਬੀਤਦਾ ਹੋਊਗਾ ਜਾਂ ਹਫ਼ਤਾ ਬੀਤਦਾ ਹੋਊਗਾ ਜਿੱਦਣ ਤਿਰੰਗੇ 'ਚ ਲਾਸ਼ ਲਿਪਟ ਕੇ ਪੰਜਾਬ 'ਚ ਨਹੀਂ ਆਉਂਦੀ। ਮੂੰਹ ਨਾਲ ਕਹਿਣਾ ਸੌਖਾ ਹੁੰਦਾ, ਉਹ ਜਿਹੜੇ ਜਿਨ੍ਹਾਂ ਦੀ ਮੌਤ ਹੁੰਦੀ ਹੈ ਨਾ ਸੈਨਿਕਾਂ ਦੀ, ਉਹ ਕਿਸਾਨਾਂ ਦੇ ਪੁੱਤ ਜ਼ਿਆਦਾ ਹੈ। ਕਿਉਂਕਿ ਪੰਜਾਬ ਦੇ ਵਿੱਚ ਹਰ ਬੰਦੇ ਦਾ ਕਿੱਤਾ ਜਿਹੜਾ ਕਿਸੇ ਨਾ ਕਿਸੇ ਤਰੀਕੇ ਫਾਰਮਿੰਗ ਨਾਲ ਜੁੜਿਆ ਹੋਇਆ। ਰੂਰਲ ਸੈਕਟਰ ਤਾਂ 100% ਫਾਰਮਿੰਗ 'ਤੇ ਡਿਪੈਂਡ ਹੈ। ਸ਼ਹਿਰਾਂ 'ਚ ਵੀ ਵੱਡੇ ਵੱਡੇ ਕਿਸਾਨਾਂ ਨੇ ਜ਼ਮੀਨਾਂ ਪਿੰਡਾਂ 'ਚ ਰਹਿੰਦੇ ਸ਼ਹਿਰ 'ਚ ਹੈ। ਔਰ ਅੱਜ ਇਸੇ ਕਰਕੇ ਹਿੰਦੂ ਰਾਸ਼ਟਰ ਜਿਹੜਾ ਹਿੰਦੁਸਤਾਨ ਹੈ, ਆਪਣਾ ਰਾਸ਼ਟਰ ਦੀ ਤਲਵਾਰ ਜਿਹੜਾ ਉਹ ਪੰਜਾਬ ਨੂੰ ਕਿਹਾ ਜਾਂਦਾ। ਤੁਹਾਨੂੰ ਅੱਜ ਕਿਸੇ ਨੂੰ ਬਹੁਤ ਘੱਟ ਲੋਕਾਂ ਨੂੰ ਪਤਾ ਹੋਣਾ, ਹਿੰਦੁਸਤਾਨ ਦੇ ਵਿੱਚ ਅਗਰ ਰਾਸ਼ਟਰ ਦੀ ਤਲਵਾਰ ਦੀ ਕਿਸੇ ਨੂੰ ਪਰਿਭਾਸ਼ਾ ਦਿੱਤੀ ਗਈ ਉਹ ਪੰਜਾਬ ਨੂੰ ਦਿੱਤੀ ਗਈ। ਇਹ ਤਾਂ ਵਿਚਾਰੀ ਬੀਬੀ ਕੰਗਣਾ ਰਾਓ ਨੂੰ ਇਹ ਨਹੀਂ ਪਤਾ ਹੋਣਾ ਬਈ ਨਾਇਕ ਸੂਬੇਦਾਰ ਜਿਹੜਾ ਵਾ ਆਨੰਦ ਸਿੰਘ ਕੌਣ ਸੀਗਾ। ਉਹਨੂੰ ਕੋਈ ਇੱਕ ਵਾਰੀ ਆਨੰਦ ਸਿੰਘ ਦੀ ਹਿਸਟਰੀ ਪੜ੍ਹ, ਜਿਹਨੂੰ ਵਿਕਟੋਰੀਆ ਕ੍ਰੋਸ ਮਿਲਿਆ। ਇੱਕੋ ਇੱਕ ਸਿੱਖ ਵੋਲਹੈਂਪਟਨ ਜਾਵੇ ਇੰਗਲੈਂਡ, ਜਿੱਥੇ ਦੇਖੇ ਉੱਥੇ ਉਹਨਾਂ ਦੀ ਲੋਕ ਸਭਾ ਵਿਧਾਨ ਸਭਾ ਦੇ ਬਾਹਰ ਈਸ਼ਰ ਸਿੰਘ ਦੀ ਜਿਹੜੀ ਆ ਸਟੈਚੂ ਲੱਗਾ ਹੋਇਆ। ਸਾਰਾਗਰੀ ਦੀ ਲੜਾਈ 'ਚ 21 ਯੋਧਿਆਂ ਨੇ ਪੂਰੀ ਜਿਹੜਾ 10,000 ਅਫਗਾਨੇ ਮਾਰਤੇ। ਯਾਰ ਉਹਨਾਂ ਦੇ ਜਿਹੜੇ ਵੰਸ਼ਜ ਹੈ ਜਿਨ੍ਹਾਂ ਨੇ ਹਿੰਦੁਸਤਾਨ ਨੂੰ ਬਚਾਇਆ, ਅੱਜ ਉਹਨਾਂ ਨੂੰ ਬਲਾਤਕਾਰੀ ਕਹਿਣਾ, ਉਹਨਾਂ ਨੂੰ ਇਹ ਕਹਿਣਾ ਕਿ ਲਾਸ਼ਾਂ ਟੰਗਤੀਆਂ, ਇਹਨਾਂ ਨੂੰ ਇੰਨਾ ਹੀ ਨਹੀਂ ਪਤਾ। ਹਜੇ ਤੱਕ ਤਾਂ ਮੈਂ ਕਹਿੰਦਾ ਇਹਨਾਂ ਨੂੰ ਰਜਿੰਦਰ ਸਿੰਘ ਸਪੈਰੋ, ਜਿਹੜੇ ਚਲੋ ਜ਼ਿਆਦਾ ਪੁਰਾਣੇ ਨਹੀਂ ਹੈ, ਮੇਜਰ ਜਨਰਲ ਰਜਿੰਦਰ ਸਿੰਘ ਸਪੈਰੋ ਹੋਏ ਨੇ, ਉਹਨਾਂ ਦੀ ਹਿਸਟਰੀ ਪੜ੍ਹ ਲਵੇ, ਸਿਰਫ ਹਿਸਟਰੀ ਪੜ੍ਹ ਲਵੇ। ਹੀ ਵਾਜ ਏ ਫਾਰਮਰ, ਉਹ ਕਿਸਾਨ ਸੀ, ਪਹਿਲਾਂ ਕਿਸਾਨ ਸੀ, ਕਿਉਂਕਿ ਲਾਲ ਬਹਾਦਰ ਸ਼ਾਸਤਰੀ ਦਾ ਨਾਰਾ ਸੀ ਜੈ ਜਵਾਨ ਜੈ ਕਿਸਾਨ। ਪੰਜਾਬ 'ਚੋਂ ਦੋਨੋਂ ਚੀਜ਼ਾਂ ਇਕੱਠੀਆਂ ਪੈਦਾ ਹੋਈਆਂ। ਇਹ ਤਾਂ ਕੰਗਣਾ ਰਣੌਤ ਚਲੋ ਮੈਂਬਰ ਪਾਰਲੀਮੈਂਟ ਹੈ, ਲੇਕਿਨ ਅਲਫਾਜ਼ ਨੂੰ ਹਮੇਸ਼ਾ ਸੋਚ ਕੇ ਸਮਝ ਕੇ ਤੋਲ ਕੇ ਮੋਲ ਕੇ ਬੋਲਣਾ ਚਾਹੀਦਾ। ਮੈਂਬਰ ਪਾਰਲੀਮੈਂਟ ਨੇ ਸਤਿਕਾਰ ਹੋਣਾ, ਲੋਕਾਂ ਨੇ ਵੋਟ ਪਾਈ ਹੈ, ਲੇਕਿਨ ਗੱਲ ਤਾਂ ਇਹ ਦੇਖੋ ਪੰਜਾਬ ਦੇ ਸੈਂਟੀਮੈਂਟਸ ਕਿੰਨੇ ਆ। ਇਹ ਯਾਦ ਜਦੋਂ 1966 ਦੇ ਵਿੱਚ ਜੇ ਪੰਜਾਬ ਅਨਾਜ ਨਾ ਉਗਾਉਂਦਾ ਪੰਜਾਬ ਦਾ ਕਿਸਾਨ, ਤਾਂ ਰੋਟੀ ਖਾ ਲੈਣੀ ਸੀ, ਅਕਾਲ ਪੈਂਦਾ ਹੁੰਦਾ ਸੀ, ਅਤੇ ਪੰਜਾਬ ਨੇ ਉਹਦੇ ਬਦਲੇ ਕੀ ਖੱਟਿਆ? ਕੈਂਸਰ, ਪਾਣੀ ਦੀ ਕਿੱਲਤ, ਪੰਜਾਬ ਨੇ ਉਹਦੇ ਬਦਲੇ ਖੱਟੀ ਆ। ਆਪਣੇ ਟੱਬਰ ਤਬਾਹ ਕਰ ਲਏ ਆ, ਘਰਾਂ ਦੇ ਘਰ ਜਿਹੜੇ ਆ ਉਹ ਕੈਂਸਰ ਦੇ ਨਾਲ, ਜਿਹੜਾ ਇੱਥੇ ਲੋਕਾਂ ਦਾ ਹਾਲ ਬੇਹਾਲ ਆ। ਅਤੇ ਇਹ ਤਾਂ ਦੇਖੇ ਬਈ ਇਸ 3% ਲੋਕਾਂ ਨੇ ਇੰਨਾ ਪੈਸਟੀਸਾਈਡ, ਇੰਨਾ ਯੂਰੀਆ ਇੱਥੇ ਧਰਤੀ ਦੇ ਉੱਤੇ ਸੁੱਟ ਦਿੱਤਾ ਕਿ ਸਿਰਫ ਅਤੇ ਸਿਰਫ ਯਾਰ 97% ਲੋਕਾਂ ਦਾ ਢਿੱਡ ਭਰਨਾ। ਜਿਹੜੇ ਪੰਜਾਬ ਦੀ ਤਾਰੀਫ ਡਾਕਟਰ ਏ ਪੀ ਜੇ ਅਬਦੁਲ ਕਲਾਮ ਕਰ ਗਏ, ਰਾਸ਼ਟਰਪਤੀ ਰਹਿੰਦੇ ਹੋਏ ਦੇਖਣ ਆਏ ਕਿ ਮੈਂ ਇਸ ਧਰਤੀ ਨੂੰ ਦੇਖਣ ਆਇਆ ਅਤੇ ਨਮਨ ਕਰਨ ਆਇਆ, ਵੀ ਇਹ 3% ਲੋਕ ਕਿੱਦਾਂ ਦੇ ਨੇ ਜਿਨ੍ਹਾਂ ਨੇ 97% ਲੋਕਾਂ ਦਾ ਢਿੱਡ ਭਰਿਆ। ਜੇ ਅੱਜ ਮੱਧ ਪ੍ਰਦੇਸ਼ 'ਚ ਜਾਂ UP ਦੇ ਵਿੱਚ ਕਣਕ ਉੱਗਣ ਲੱਗ ਪਈ ਹੈ, ਅਤੇ ਅੱਜ ਪੰਜਾਬ ਦਾ ਕਿਸਾਨ ਬਲਾਤਕਾਰੀ ਹੋ ਗਿਆ, ਪੰਜਾਬ ਦਾ ਕਿਸਾਨ ਜਿਹੜਾ ਵਾ ਉਹ ਦੰਗਾ ਪ੍ਰਸਤ ਹੋ ਗਿਆ। ਨਹੀਂ ਹੁੰਦਾ, ਇੱਦਾਂ ਨਹੀਂ ਕਿਹਾ ਜਾ ਸਕਦਾ। ਅੰਨਦਾਤਾ ਜਿਹੜੀ ਆ ਉਹਦੀ ਪਰਿਭਾਸ਼ਾ ਹੋਰ ਹੈ, ਦੇਸ਼ ਨੂੰ ਬਚਾਇਆ। ਦੇਸ਼ ਨੂੰ ਬਚਾਉਣ ਦੇ ਨਾਲ ਨਾਲ GDP ਐਗਰੀਕਲਚਰ ਸੈਕਟਰ ਦੀ ਸਭ ਤੋਂ ਜ਼ਿਆਦਾ ਅੱਗੇ ਗਈ ਆ।
ਔਰ ਇਹਨਾਂ ਨੂੰ ਇਹ ਨਹੀਂ ਨਾ ਪਤਾ, ਕੈਲਕੂਲੇਸ਼ਨਾਂ ਨਹੀਂ ਨਾ ਆਉਂਦੀਆਂ, ਨਾ ਪੰਜਾਬ ਦੀ ਹਿਸਟਰੀ ਪਤਾ। ਅੱਜ ਵੀ ਸਿੱਖ ਰੈਜੀਮੈਂਟ ਹਿੰਦੁਸਤਾਨ ਦੀ ਸੈਨਾ ਦੀ ਸਭ ਤੋਂ ਮਜ਼ਬੂਤ ਰੈਜੀਮੈਂਟ ਹੈ। ਇਹਨਾਂ ਨੂੰ ਕੀ ਪਤਾ ਮੈਡਮ ਨੂੰ ਬੀ ਐੱਸ ਧਨੋਆ ਕੌਣ ਸੀਗੇ, ਏਅਰ ਚੀਫ ਮਾਰਸ਼ਲ ਸੀ, ਕੀ ਉਹਨਾਂ ਦੀ ਹਿਸਟਰੀ ਆ, ਪਤਾ ਨਹੀਂ ਨਾ। ਗੱਲਾਂ ਕਰ ਲੈਣੀਆਂ ਆਪਾਂ ਠੀਕ ਹੈ, ਲੇਕਿਨ ਆ ਕੇ ਪੰਜਾਬ ਦੀ ਇੱਕ ਵਾਰ ਹਿਸਟਰੀ ਨੂੰ ਪੜ੍ਹਨ। ਇਹ ਤੁਹਾਡਾ ਕੀ ਖਿਆਲ ਹੈ, ਦੇਸ਼ ਆਜ਼ਾਦ ਅੰਗਰੇਜ਼ਾਂ ਤੋਂ ਉਵੇਂ ਹੋ ਗਿਆ? ਅੰਗਰੇਜ਼ ਡਰੇ ਆ ਭਗਤ ਸਿੰਘ ਤੋਂ, ਵੀ ਇਹ ਬੰਬ ਮਾਰਦੇ ਨੇ, ਇਹ ਤਾਂ ਜਾਣਾ। ਤੁਹਾਡਾ ਕੀ ਖਿਆਲ ਹੈ, ਆਜ਼ਾਦੀ ਦਾ ਅੰਦੋਲਨ ਜੇ ਸ਼ਾਂਤੀ ਨਾਲ ਚੱਲਦਾ ਰਹਿੰਦਾ ਇਹ ਸਫਲ ਹੋ ਜਾਣਾ ਸੀ? ਕੁਰਬਾਨੀਆਂ ਦਿੱਤੀਆਂ, ਕੋਈ ਚੜ੍ਹ ਕੇ ਦੇਖੇ 20-22 ਸਾਲਾਂ ਦੇ ਵਿੱਚ ਸੂਲੀ ਦੇ ਉੱਤੇ ਫੰਦੇ ਦੇ। ਤੁਸੀਂ ਦੇਖੋ, ਇੰਗਲੈਂਡ ਗਿਆ ਸੀ ਊਧਮ ਸਿੰਘ, ਬਦਲਾ ਲੈਣ ਗਿਆ ਸੀ ਪੰਜਾਬੀਆਂ ਦਾ, ਅਤੇ ਉਹ ਅੰਗਰੇਜ਼ ਡਰੇ ਕਿੱਥੋਂ ਨੇ? ਉਹ ਕਹਿੰਦੇ ਇਹ ਤਾਂ ਲੰਡਨ ਆ ਕੇ ਬੰਬ ਮਾਰੀ ਜਾਂਦੇ ਅਸੈਂਬਲੀ 'ਚ ਯਾਰ, ਅਦਾਲਤਾਂ 'ਚ ਹੀ ਮਾਰੀ ਜਾਂਦੇ ਨੇ। ਇੱਕ ਉਹ ਗੱਲਾਂ ਸੌਖੀਆਂ ਥੋੜ੍ਹਾ ਹੁੰਦੀਆਂ, ਰਾਜਗੁਰੂ ਸੁਖਦੇਵ ਯਾਰ, ਕੁਰਬਾਨੀਆਂ ਭਰਿਆ ਇਤਿਹਾਸ ਹੈਗਾ ਕਿੰਨਾ। ਤੁਸੀਂ ਦੇਖੋ ਜਿਹੜਾ ਇਹਨਾਂ ਨੂੰ ਇੰਨਾ ਨਹੀਂ ਪਤਾ ਮੈਡਮ ਨੂੰ, ਬਈ ਜਿਹੜਾ ਪੰਜਾਬ ਹੈ ਇਹਦੇ ਉੱਤੇ, ਮੋਢਿਆਂ ਦੇ ਉੱਤੇ ਕਿੰਨੀਆਂ ਜ਼ਿੰਮੇਵਾਰੀਆਂ, ਪੰਜਾਬ ਦੇ ਕਿਸਾਨਾਂ ਦੇ ਮੋਢਿਆਂ ਦੇ ਕਿੰਨੇ। 553 ਕਿਲੋਮੀਟਰ ਦਾ ਬਾਰਡਰ ਹੈ, ਕਿਸਾਨਾਂ ਦੀ ਐਗਰੀਕਲਚਰ ਉੱਥੇ ਹੈ, ਅਤੇ ਕਿਸਾਨ ਉਸ ਬਾਰਡਰ ਦੀ ਰੱਖਿਆ ਕਰਦਾ, ਫਿਰ ਆਪਣੇ ਬੱਚਿਆਂ ਨੂੰ ਡਿਫੈਂਸ 'ਚ ਭੇਜਦੇ ਆ, ਦੇਸ਼ ਦੇ ਉੱਤੇ ਜਾਨਾਂ ਮਾਰਦੇ ਨੇ, ਠੀਕ ਹੈ ਨਾ। ਫਿਰ ਅਸੀਂ ਜਿਹੜਾ ਵੈ ਪਾਕਿਸਤਾਨ ਤੋਂ ਜੋ ਹਰਕਤਾਂ, ISI ਉਹਨਾਂ ਦੀ ਖੁਫੀਆ ਏਜੰਸੀ, ਇੰਟੈਲੀਜੈਂਸ ਸਰਵਿਸ ਜੋ ਉੱਥੇ ਹਰਕਤਾਂ ਕਰਦੀ ਆ, ਉਹਦਾ ਮੁਕਾਬਲਾ ਪੰਜਾਬ ਕਰਦਾ। ਤੁਹਾਡਾ ਕੀ ਖਿਆਲ ਹੈ, ਡਰੱਗ ਜਿਹੜੀ ਹੈ ਪੰਜਾਬ 'ਚ ਭੇਜੀ ਜਾ ਰਹੀ ਹੈ ਜਾਂ ਆ ਰਹੀ ਹੈ, ਪੰਜਾਬ ਆਪਣੇ ਦਿਲ 'ਤੇ ਸਹਿੰਦਾ ਪਿਆ? ਪੰਜਾਬ ਦਾ ਨੌਜਵਾਨ ਉਹਦੇ 'ਚ ਖੱਪਿਆ, ਹਿਮਾਚਲ ਦਾ ਥੋੜ੍ਹਾ ਖੱਪਿਆ? ਅਸੀਂ ਕਿੱਦਾਂ ਉਹਨੂੰ ਧਕੇਲਦੇ ਪਏ ਹਾਂ, ਕਿੱਦਾਂ ਉਹਦੇ ਨਾਲ ਮੁਕਾਬਲਾ ਕਰਦੇ ਪਏ ਹਾਂ? ਇਹ ਤਾਂ ਕਹਿਣਾ ਸੌਖਾ ਹੁੰਦਾ ਵਾ, ਇਹ ਕੋਈ ਫਿਲਮਾਂ ਦਾ, ਇਹ ਤਾਂ ਬੀਬੀ ਸੋਚਦੀ ਬਈ ਫਿਲਮ ਹੈਗੀ ਹੈ, ਲੇਕਿਨ ਜ਼ਖਮਾਂ 'ਤੇ ਨੂਣ ਛਿੜਕੀ ਜਾਣਾ, ਹਰ ਦੂਜੇ ਮਹੀਨੇ ਉੱਠ ਕੇ ਨਮਕ ਛਿੜਕ ਲੈਣਾ। ਲੇਕਿਨ ਘੱਟੋ ਘੱਟ ਇਹ ਤਾਂ ਸੋਚੇ ਬਈ, ਨਰਿੰਦਰ ਮੋਦੀ ਜੀ ਜਿਹੜੇ ਹਿੰਦੁਸਤਾਨ ਦੇ ਹੁਕਮਰਾਨ ਨੇ, ਜਿਹੜੇ ਪ੍ਰਧਾਨ ਮੰਤਰੀ ਨੇ, ਉਹਨਾਂ ਨੇ ਖੁਦ ਇਸ ਬਿੱਲ ਵੀ ਲਿੱਤੇ ਵਾਪਸ, ਉਹਨਾਂ ਨੇ ਇਹ ਵੀ ਕਿਹਾ ਮੇਰੇ ਕੋਲੋਂ ਜੇ ਗਲਤੀ ਹੋਈ ਆ ਮੈਂ ਉਹਦੀ ਸ਼ਮਾ ਮਾਫੀ ਮੰਗਦਾ। ਇਹਦਾ ਮਤਲਬ ਤੁਸੀਂ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਤੋਂ ਉੱਪਰ ਹੋ ਗਏ? ਉਹਨਾਂ ਨੇ ਤਾਂ ਨਹੀਂ, ਇਹਦਾ ਮਤਲਬ ਉਹਨਾਂ ਨੇ ਜਿਹੜੇ ਹੈ ਦੰਗਾ ਪ੍ਰਸਤ ਲੋਕ ਹੈ, ਜਿਨ੍ਹਾਂ ਨੇ ਦੇਸ਼ ਦੇ ਵਿੱਚ ਅਸ਼ਾਂਤੀ ਫੈਲਾਈ ਹੈ, ਜਿਨ੍ਹਾਂ ਨੇ ਰੇਪ ਕੀਤੇ ਆ, ਮਰਡਰ ਕੀਤੇ ਆ, ਉਹਨਾਂ ਕੋਲ ਮਾਫੀ ਮੰਗ ਰਹੇ ਨੇ? ਵਾਟ ਇਜ਼ ਦਿਸ ਨੌਨਸੈਂਸ? ਗੱਲ ਕਰਨ ਦਾ ਲਹਿਜਾ ਹੋਣਾ ਚਾਹੀਦਾ, ਆ ਕੇ ਪਹਿਲਾਂ ਫਾਰਮਿੰਗ ਦੇਖੇ, ਪੰਜਾਬ ਦੇ ਕਿਸਾਨਾਂ ਦਾ ਹਾਲ ਕੀ ਹੈ, ਕਿੱਦਾਂ ਅਸੀਂ ਉੱਥੇ ਸਰਵਾਈਵ ਕਰ ਰਿਹਾ ਪੰਜਾਬ। ਗੱਲ ਤਾਂ ਇਹਦੀ ਕਰਨੀ ਆ, ਪੰਜਾਬ ਨੂੰ ਹੋਰ ਡਿਸਟਰਬ ਕਰਨ ਲਈ ਜਿਹੜੇ ਆ ਇੱਦਾਂ ਦੇ ਲੋਕ ਬੈਠੇ ਨੇ। ਇਹਨਾਂ ਨੂੰ ਇਹ ਨਹੀਂ ਪਤਾ ਬੀਬੀ ਨੂੰ, ਜੇ ਪੰਜਾਬ ਨਾ ਹੁੰਦਾ ਤਾਂ ਹਿਮਾਚਲ ਪ੍ਰਦੇਸ਼ ਵੀ ਨਾ ਹੁੰਦਾ। ਡਾਕਟਰ ਸਾਹਿਬ, ਅਜੀਬ ਸਿਚੁਏਸ਼ਨ ਬਣ ਗਈ ਹੈ, ਉਹਨਾਂ ਦੀ ਕੋਈ ਨਿੱਜੀ ਰੰਜਿਸ਼ ਲੱਗਣ ਲੱਗ ਗਈ ਹੈ ਪੰਜਾਬ ਦੇ ਨਾਲ, ਕਿਉਂਕਿ ਜਦੋਂ ਸਾਰੀ BJP ਚੁੱਪ ਆ, ਕੰਗਣਾ ਰਣੌਤ ਬੋਲ ਰਹੇ ਆ, ਔਰ ਉਹ ਵੀ ਪੰਜਾਬ ਦੇ ਅਗੇਂਸਟ ਬੋਲ ਰਹੇ ਆ। ਦੇਖੋ, ਉਹ ਇੱਥੇ ਬੋਲਦੀ ਆ, ਉਹਨੂੰ ਹਿਮਾਚਲ 'ਚ ਫਾਇਦਾ ਹੁੰਦਾ, ਉਹਦਾ ਵੋਟ ਪੋਲਰਾਈਜ਼ ਹੁੰਦਾ, ਔਰ ਉਹਦੀ ਆਈਡੀਓਲੋਜੀ ਠੀਕ ਹੈ ਕਿ ਮੈਂ ਪੋਲਰਾਈਜ਼ ਕਰਾਉਣਾ, ਹਿੰਦੂ ਨੂੰ ਪੋਲਰਾਈਜ਼ ਕਰਾਉਣਾ, ਮੈਂ ਜਿੰਨਾ ਪੰਜਾਬੀਆਂ ਨੂੰ, ਜਿੰਨਾ ਸਿੱਖਾਂ ਨੂੰ, ਜਿੰਨਾ ਖਾਲਿਸਤਾਨੀਆਂ ਨੂੰ ਗਾਲਾਂ ਕੱਢਾਂਗੀ, ਜਿੰਨਾ ਇਹਨਾਂ ਦੇ ਖਿਲਾਫ਼ ਬੋਲਾਂਗੀ, ਮੈਨੂੰ ਜਿਹੜਾ ਕੱਟੜ ਹਿੰਦੂ ਆ, ਜਿਹੜਾ ਹਿਮਾਚਲ ਦੇ ਵਿੱਚ ਆ ਜਾਂ ਹੋਰ ਸਟੇਟਾਂ 'ਚ ਹੈ, ਉਹ ਪੋਲਰਾਈਜ਼ ਹੁੰਦਾ। ਲੇਕਿਨ ਇਹ ਨਹੀਂ ਪਤਾ ਨਾ ਪੰਜਾਬ 'ਚ ਸ਼ਾਂਤੀ ਕਿੰਨੀ ਫੈਲਦੀ ਹੈ। ਸਾਡਾ ਤਾਂ ਯਾਰ, ਸਾਡਾ ਤਾਂ ਹਿੰਦੂ ਸਿੱਖ ਦਾ ਭਾਈਚਾਰਾ ਹੀ ਬੜਾ ਲੰਬਾ ਚੌੜਾ। ਤੁਸੀਂ ਇੱਦਾਂ ਕਰੋ, ਕਿਸਾਨੀ ਅੰਦੋਲਨ ਨੂੰ ਰੀਕਾਲ ਕਰੋ ਇੱਕ ਵਾਰ, ਕੀ ਉਹ ਇਕੱਲਾ ਅੰਦੋਲਨ ਜਿਹੜਾ ਵਾ ਸਿੱਖਾਂ ਦਾ ਸੀ?
ਮੈਂ ਤੁਹਾਨੂੰ ਹਜ਼ਾਰਾਂ ਬੰਦਿਆਂ ਦੀ ਲਿਸਟ ਦੇ ਦਿੰਦਾ ਜਿਹੜੇ ਹਿੰਦੂ ਵੀ ਉਹ 'ਚ ਇਨਵੋਲਵ ਸੀਗੇ ਉਸ ਅੰਦੋਲਨ 'ਚ। ਕੀ ਜਿਹੜੇ ਪਿੰਡਾਂ 'ਚ ਹਿੰਦੂ ਰਹਿੰਦੇ ਨੇ ਫਾਰਮਿੰਗ ਨਹੀਂ ਕਰਦੇ, ਉਹਨਾਂ ਨੇ ਅੰਦੋਲਨ ਦਾ ਹਿੱਸਾ ਨਹੀਂ ਬਣੇ, ਉਹ ਖਾਲਿਸਤਾਨੀ ਨੇ, ਉਹ ਰੇਪਿਸਟ ਨੇ, ਇਹਦਾ ਮਤਲਬ ਤੁਸੀਂ ਹਿੰਦੂ ਕਮਿਊਨਿਟੀ ਨੂੰ ਵੀ ਟਾਰਗੇਟ ਕਰ ਰਹੇ ਹੋ। ਇਕੱਲਾ ਪਿੰਡਾਂ ਦੇ ਰੂਰਲ ਸੈਕਟਰ ਦੇ ਵਿੱਚ ਇਕੱਲੇ ਸਿੱਖ ਫਾਰਮਰ ਨਹੀਂ ਹੈ, ਹਿੰਦੂ ਫਾਰਮਰ ਵੀ ਹੈ, ਨਾਲੇ ਸਾਡੇ ਯਾਰ ਭਰਾ ਨੇ। ਹਿੰਦੂ ਸਿੱਖ ਦਾ ਭਾਈਚਾਰਾ ਜਿਹੜਾ ਖਰਾਬ ਹੋਣਾ, ਇਹਨਾਂ ਦੀਆਂ ਕਰਤੂਤਾਂ ਕਰਕੇ ਖਰਾਬ ਹੋਣਾ, ਇਹਨਾਂ ਦੀਆਂ ਬੇਅਕਲਾਂ ਕਰਕੇ ਖਰਾਬ ਹੋਣੀਆਂ। ਬੇਸਿਕਲੀ ਤਾਂ ਸਾਡੀ ਸਮਾਜਿਕ ਔਰ ਪਰਿਵਾਰਕ ਸਾਂਝ ਹੈ। ਹਿੰਦੂਆਂ ਦੇ ਘਰਾਂ ਦੇ ਵਿੱਚੋਂ ਵੀ ਇੱਕ ਬੱਚੇ ਨੂੰ, ਹੁਣ ਤਾਂ ਚਲੋ ਅੱਜ ਕੱਲ੍ਹ ਪਤਾ ਨਹੀਂ ਹੈ ਜਾਂ ਨਹੀਂ, ਪਹਿਲਾਂ ਇੱਕ ਬੱਚੇ ਨੂੰ ਪੱਗ ਬਣਾਈ ਜਾਂਦੀ ਸੀ। ਅੱਜ ਵੀ ਮੈਂ ਤੁਹਾਨੂੰ 50 ਬਾਹਮਣਾਂ ਦੇ ਨਾਮ ਦੇ ਦਿੰਦਾ ਜਿਹੜੇ ਪਗੜੀਆਂ ਬੰਨ੍ਹਦੇ ਨੇ, ਨਾਮ ਪਿੱਛੇ ਉਹਨਾਂ ਦੇ ਸਿੱਖ ਹੈ, ਸਿੰਘ ਲੱਗਦਾ, ਲੇਕਿਨ ਉਹ ਪੱਗ ਬੰਨ੍ਹਦੇ ਨੇ। ਪਹਿਲਾਂ ਬਾਹਮਣਾਂ ਦੇ ਨਾਲ ਨਾਮ ਦੇ ਪਿੱਛੇ ਪੰਜਾਬ ਦੇ ਵਿੱਚ ਸਿੰਘ ਲੱਗਦਾ ਸੀ, ਕਈ ਲਾਉਂਦੇ ਸੀ ਅਤੇ ਨਾਲ ਪੱਗ ਵੀ ਬੰਨ੍ਹਦੇ ਸੀ, ਉਹ ਤੇ ਪੰਡਿਤ ਹੁੰਦੇ ਸੀ। ਇਹਨਾਂ ਨੂੰ ਬੀਬੀ ਨੂੰ ਪਤਾ ਨਹੀਂ ਨਾ ਪੰਜਾਬ ਦੀ ਹਿਸਟਰੀ ਦਾ, ਆ ਕੇ ਉੱਥੋਂ ਦੂਰੋਂ ਬਹਿ ਕੇ ਅੱਗ ਲਾਉਣੀ। ਪੰਜਾਬ ਅੱਗੇ ਬੜਾ ਜਲਦਾ ਪਿਆ, ਪੰਜਾਬ 'ਚ ਅੱਗੇ ਬੜੀਆਂ ਪ੍ਰੋਬਲਮ ਹੈ, ਸਰਹੱਦੀ ਸੂਬਾ ਹੈਗਾ, ਔਰ ਇਹ ਸੂਬੇ ਨੂੰ ਸੂਬੇ ਦੇ ਮੋਢਿਆਂ ਦੇ ਉੱਤੇ ਇਕੱਲੀ ਬੀਬੀ ਤੇਰੇ ਹਿਮਾਚਲ ਦੀ ਨਹੀਂ, ਪੂਰੇ ਹਿੰਦੁਸਤਾਨ ਦੀ ਜ਼ਿੰਮੇਦਾਰੀ ਹੈ। ਕਿਉਂਕਿ ਪਾਕਿਸਤਾਨ ਦੀ ਸੈਨਾ ਦਾ ਇੱਕੋ ਹੀ ਦਰਵਾਜ਼ਾ ਅੰਦਰ ਵੜਨ ਦਾ, ਜਾਂ J&K ਹੈ ਅਤੇ ਜਾਂ ਆਹ ਅਤੇ ਜਾਂ ਗੁਜਰਾਤ, ਅਤੇ ਉਹਨੂੰ ਪੰਜਾਬ ਦੇ ਦਰਵਾਜ਼ੇ ਤੋਂ ਤਾਂ ਵੜਨ ਦਿੰਦੇ ਨਹੀਂ ਇੱਥੇ ਦੇ ਲੋਕ। ਇਹ ਤਾਂ ਸਮਝਣਾ ਚਾਹੀਦਾ ਨਾ, 553 ਕਿਲੋਮੀਟਰ ਨੂੰ ਅਸੀਂ ਕਿੱਦਾਂ ਰੋਕਿਆ ਹੋਇਆ। ਗੱਲਾਂ ਨਾਲ ਕਹਿਣਾ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਅੱਗੇ ਪੰਜਾਬੀਆਂ ਦੇ ਜ਼ਖਮ ਬੜੇ ਵੱਡੇ ਨੇ, ਪੰਜਾਬੀਆਂ ਦੇ ਉੱਤੇ ਯਾਰ ਦੇਖੋ, ਕਰੀਬ ਮੈਂ ਇੱਕ ਦਿਨ ਗ੍ਰਾਫ ਦੇਖਦਾ ਪਿਆ ਸੀ, 23 ਲੱਖ ਫਾਰਮਰ ਦੇ ਉੱਤੇ ਕਰੀਬ 74,000 ਕਰੋੜ ਦਾ ਖਰਚਾ। ਇੱਕ ਕਿਸਾਨ ਜਿਹੜਾ ਜੇ ਔਨ ਐਵਰੇਜ 3 ਲੱਖ ਰੁਪਏ ਦਾ ਕਰਜ਼ਾ ਹੀ ਹੈ, ਅਤੇ ਬੀਬੀ ਨੇ ਕਰਜ਼ਾ ਮਾਫ਼ ਕਰਨਾ। ਇੱਥੇ ਤੁਸੀਂ ਗੱਲ ਕਰਨੀ ਹੈ ਤਾਂ ਪੰਜਾਬ ਦੀ ਫਾਰਮਿੰਗ ਨੂੰ ਕਿੱਦਾਂ ਬਚਾਉਣਾ, ਸਾਡਾ ਕਿਹੜਾ ਯਾਰ ਇੱਥੇ IT ਇੰਡਸਟਰੀ ਹੈ ਪੰਜਾਬ 'ਚ, ਅਸੀਂ ਕੋਈ ਗੁੜਗਾਵਾਂ ਥੋੜ੍ਹਾ ਵਾ, ਅਸੀਂ ਕੋਈ UP ਥੋੜ੍ਹਾ ਹੈਗਾ ਵਾ। ਬਈ ਉੱਥੇ UP 'ਚ ਤਾਂ ਚਲੋ ਬਹੁਤ ਹੈ, ਉਹਨਾਂ ਦਾ ਤਾਂ ਕਿੱਤਾ ਹੀ ਬਹੁਤ ਹੋ ਗਿਆ, ਉਹਨਾਂ ਨੇ ਮੇਰਠ ਦੇ ਵਿੱਚ ਆਪਣੀ ਇੰਡਸਟਰੀ ਡਿਵੈਲਪ ਕਰਾ ਲਈ, ਹੁਣ ਫਿਲਮ ਸਿਟੀ ਵੀ ਬਣਾਈ ਜਾ ਰਹੇ ਆ, UP ਦੇ ਵਿੱਚ ਜਿਹੜੇ ਆ ਹਿੰਦੂ ਟੈਂਪਲਸ ਬੜੇ ਆ, ਲੋਕਾਂ ਦਾ ਉੱਥੇ ਆਉਣਾ ਜਾਣਾ ਬੜਾ, ਵਾਰਾਣਸੀ ਹੈ, ਇਲਾਹਾਬਾਦ ਹੈਗਾ, ਬਨਾਰਸ ਹੈਗਾ, ਠੀਕ ਹੈ ਨਾ, ਅਯੋਧਿਆ, ਉੱਥੇ ਦੁਨੀਆ ਭਰ ਦੇ ਲੋਕ ਆਉਂਦੇ ਆ, ਮੱਥਾ ਟੇਕਦੇ ਆ, ਉਹਨਾਂ ਦਾ ਆਪਣਾ ਇੱਕ ਇਨਫਰਾਸਟ੍ਰਕਚਰ ਹੈ, ਡਿਵੈਲਪ ਹੋ ਰਿਹਾ, ਬਹੁਤ ਜ਼ਿਆਦਾ ਉੱਥੇ ਡਿਵੈਲਪਮੈਂਟ ਹੋ ਰਹੀ ਹੈ। ਲੇਕਿਨ ਪੰਜਾਬ 'ਚ ਕੀ ਹੈ, ਪੰਜਾਬ 'ਚ ਦੱਸਣ ਨਾ ਕੀ ਹੈ, ਪੰਜਾਬ 'ਚ ਕੁਛ ਨਹੀਂ ਹੈਗਾ। ਪੰਜਾਬ 'ਤੇ ਸਿਰਫ ਅਤੇ ਸਿਰਫ ਕਿਸਾਨੀ ਸੀ, ਉਹ ਵੀ ਜਿਹੜੀਆਂ ਮੈਂ ਫਸਲਾਂ ਜਿਹੜੀਆਂ ਮੈਂ ਉਹਦੇ ਨਾਲ ਜਿਹੜਾ ਪੰਜਾਬ ਦਾ ਗਰੋਥ ਨਹੀਂ ਹੋ ਰਹੀ ਮੈਂ ਸਮਝ ਰਿਹਾ, ਕਿਉਂਕਿ ਉਹ ਸਿਰਫ ਅਤੇ ਸਿਰਫ ਹੁੰਦਾ ਨਾ ਇੱਕ ਜੱਟ ਦੀ ਆਦਤ ਹੁੰਦੀ ਹੈ ਜਾਂ ਪਿੰਡਾਂ ਦੇ ਫਾਰਮਿੰਗ ਦੀ, ਕਿ ਮੈਂ ਤਾਂ ਯਾਰ ਖੇਤੀ ਕਰਦਾ, ਮੈਂ ਖੇਤੀ ਹੀ ਕਰਨੀ ਸਾਰੀ ਉਮਰ ਜ਼ਮੀਨ 'ਤੇ, ਮੈਂ ਕੋਈ ਹੋਰ ਕੰਮ ਨਹੀਂ ਕਰਨਾ, ਸਾਡੇ ਬਾਬਿਆਂ ਦਾ ਪਸੀਨਾ ਇਹਦੇ 'ਚ। ਮੈਂ ਤੁਹਾਨੂੰ ਦੱਸਾਂ, ਇੱਕ ਦਿਨ ਨਾ ਲਾਗੇ ਮੈਂ ਇੱਥੇ ਪਿੰਡ ਹੈਗਾ ਸ਼ਾਹਕੋਟ ਦੇ ਨਾਲ, ਮੈਂ ਉੱਥੇ ਚਲਾ ਗਿਆ, ਮੇਰੇ ਬੇਲੀ ਰਹਿੰਦੇ ਸੀ, ਮੈਂ ਕਿਹਾ ਸੱਜਣਾ ਯਾਰ, ਮੈਂ ਕਿਹਾ ਯਾਰ ਤੁਸੀਂ ਸਾਰੇ ਅਮਰੀਕਾ ਚਲੇ ਗਏ ਯਾਰ, ਤੁਹਾਡੀ ਦੂਜੀ ਪੀੜ੍ਹੀ ਆ ਗਈ ਹੈ, ਜ਼ਮੀਨ ਹੁਣ ਕਿੰਨੇ ਵੇਖਣੀ ਹੈ ਯਾਰ, ਕਹੀ ਇਹਦਾ ਕੁਛ ਕਰ ਜਾਓ। ਕਹਿੰਦੇ ਯਾਰ ਦੇਖ ਬਾਈ, ਆਪਾਂ ਜਿੰਨਾ ਮਰਜ਼ੀ ਅੱਗੇ ਵੱਧ ਜਾਈਏ, ਬੜੇ ਮਤਲਬ ਦਿਲ ਨੂੰ ਛੂਹ ਦੇਣ। ਕਹਿੰਦਾ ਯਾਰ ਇਸ ਜ਼ਮੀਨ ਦੇ ਵਿੱਚ ਮੇਰੇ ਨਾ ਦਾਦੇ ਦਾ ਵੀ ਅਤੇ ਪਰਦਾਦੇ ਦਾ, ਮੇਰੀ ਦਾਦੀ ਕਹਿੰਦਾ ਇੱਥੇ ਹਲ ਵਾਹੁੰਦੀ ਹੁੰਦੀ ਸੀ, ਉਹਦਾ ਪਸੀਨਾ ਡਿੱਗਿਆ ਹੋਇਆ। ਕਹਿੰਦਾ ਜਿੱਦਣ ਮੈਂ ਜ਼ਮੀਨ ਵੇਚਣ ਦੀ ਮੈਂ ਗੱਲ ਕਰਦਾ ਜਾਂ ਮੈਂ ਆਪਣੇ ਬੱਚੇ ਮੇਰੇ ਕਹਿੰਦੇ ਨੇ ਡੈਡ ਯੂ ਮਸਟ ਸੈਲ ਇਟ, ਕਹਿੰਦਾ ਮੇਰਾ ਰੋਣਾ ਨਿਕਲ ਜਾਂਦਾ। ਇਹ ਬੀਬੀ ਨੂੰ ਕੀ ਪਤਾ,
ਇੱਥੇ ਹੱਲ ਕਿੱਦਾਂ ਜਨਾਨੀਆਂ ਨੇ ਵਾਹੇ ਆ, ਕਿੱਦਾਂ ਪਸੀਨਾ ਵਹਾਇਆ ਵਾ ਅਤੇ ਦੇਸ਼ ਦਾ ਢਿੱਡ ਭਰਿਆ, ਕਿਉਂਕਿ ਪੰਜਾਬ ਦੇ ਲੇਖੇ ਸਿਰਫ ਸੇਵਾ ਆਈ ਆ। ਗੁਰੂ ਮਹਾਰਾਜ ਦੀ ਬਖਸ਼ਿਸ਼ ਹੈ, ਗੁਰੂਆਂ ਦੀ ਪੀਰਾਂ ਦੀ ਧਰਤੀ ਹੈ, ਇੱਥੇ ਬਖਸ਼ ਹੈ ਕਿ ਤੁਸੀਂ ਸੇਵਾ ਕਰਨੀ ਹੈ, ਜਿਹੜਾ ਵੀ ਆ ਜਾਏ ਉਹਦੀ ਸੇਵਾ ਕਰੋ। ਲੇਕਿਨ ਇਹ ਬੀਬੀ ਨੂੰ ਹਜੇ ਨਾ ਤਾਂ ਸਿੱਖੀ ਦਾ ਫਲਸਫਾ ਪਤਾ, ਨਾ ਇਹਨਾਂ ਨੂੰ ਪੰਜਾਬ ਦੀਆਂ ਕੁਰਬਾਨੀਆਂ ਦਾ ਪਤਾ। ਅਤੇ ਮੈਂ ਤਾਂ ਸਮਝਦਾ ਯਾਰ, ਇੱਦਾਂ ਦੇ ਲੋਕਾਂ ਦੇ ਉੱਤੇ ਦੇਖੋ, ਇੱਕ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ, ਪੁਰਾਣੀ ਤਾਂ ਮੈਂ ਕੀ ਗੱਲ ਕਰਨੀ, ਜਿਹੜੇ ਨਵੇਂ ਉਹਨਾਂ ਨੇ ਪੰਜਾਬ ਦੇ ਲਈ ਜਾਂ ਪੰਜਾਬ ਦੇ ਕਿਸਾਨਾਂ ਦੇ ਲਈ ਜੋ ਕੰਮ ਕਰ ਰਹੇ ਨੇ, ਜੋ ਫਾਰਮਿੰਗ ਲਈ ਉਹਨਾਂ ਦੇ ਨਵੀਆਂ ਆ ਰਹੀਆਂ ਚੀਜ਼ਾਂ ਜਿੰਨੀ ਕੁ ਕਰ ਰਹੇ ਨੇ, ਸਬਸਿਡੀ ਵੀ ਆ ਰਹੀ ਹੈ, ਕੁਛ ਨਾ ਕੁਛ ਕਰ ਰਹੇ ਨੇ, ਅਤੇ ਇੱਦਾਂ ਦੇ ਲੋਕ ਤਾਂ ਹੋਰ ਡਿਸਟਰਬੈਂਸ ਵਧਾਉਂਦੇ ਆ। ਹੁਣ ਜੇ ਪੰਜਾਬ ਦੇ ਕਿਸਾਨ ਬੋਲਣ ਫਿਰ ਉਹ ਮਾੜੇ, ਫਿਰ ਉਹ ਅੱਤਵਾਦੀ, ਫਿਰ ਇਹਨਾਂ ਨੂੰ ਲੱਗਣਾ ਜੀ ਅੱਤਵਾਦੀ ਆ ਗਏ, ਇਹ ਖਾਲਸੇ ਆ ਗਏ। ਯਾਰ ਕਮਾਲ ਦੀ ਗੱਲ ਹੈ, ਪੰਜਾਬ ਦਾ ਕਿਸਾਨ ਆਪਣੀ ਹੋਂਦ ਬਚਾਉਣ ਨੂੰ ਬੈਠਾ, ਪਾਣੀ ਬਚਾਉਣ ਦੀ ਜੰਗ ਲੜਦਾ ਪਿਆ, ਜ਼ਮੀਨਾਂ ਦੀ ਜੰਗ ਲੜਦਾ ਪਿਆ, ਅਤੇ ਤੁਸੀਂ ਉਹਨਾਂ ਨੂੰ ਇੱਦਾਂ ਦੇ ਉੱਤੇ ਤੋਹਮਤਾਂ ਲਾਓ, ਦੁੱਖ ਤਾਂ ਲੱਗਦਾ ਹੀ ਹੈ। ਅੱਛਾ, ਤੁਸੀਂ ਪ੍ਰਧਾਨ ਮੰਤਰੀ ਦੀ ਵੀ ਗੱਲ ਕੀਤੀ, ਮੈਂ ਉਹ ਵੀ ਜ਼ਿਕਰ ਕਰਨਾ ਚਾਹੁੰਦਾ, ਕਿਉਂਕਿ ਬੀਜੇਪੀ ਦੇ MP ਨੇ ਜ਼ਾਹਿਰ ਤੌਰ 'ਤੇ ਬੀਜੇਪੀ ਨੂੰ ਰਿਪ੍ਰਜੈਂਟ ਕਰਦੇ ਆ, ਅਤੇ ਉਹਨਾਂ ਦੇ ਇਸ ਬਿਆਨ ਦੇ ਨਾਲ ਬੀਜੇਪੀ ਨੂੰ ਵੀ ਢਾਲ ਲੱਗ ਸਕਦੀ ਹੈ, ਤੁਸੀਂ ਕੀ ਸੋਚਦੇ ਹੋ? ਦੇਖੋ, ਬਹੁਤ ਵੱਡੀ ਲੱਗੀ ਆ। ਮੈਂ ਤਾਂ ਸੁਨੀਲ ਜਾਖੜ ਨੂੰ, ਮੇਰਾ ਇੱਕ ਸਵਾਲ ਹੈ, ਜ਼ਰੂਰ ਜਵਾਬ ਦੇਣ। ਉਹ ਤਾਂ ਕਹਿੰਦੇ ਸੀ ਮੈਂ ਕਿਸਾਨ ਦਾ ਪੁੱਤ ਹਾਂ। ਮੈਂ ਤਾਂ 20 ਵਾਰੀ ਉਹਨਾਂ ਨਾਲ ਗੱਲ ਕੀਤੀ, BJP 'ਚ ਰਹਿੰਦਿਆਂ ਵੀ ਗੱਲ ਕੀਤੀ, ਕਹਿੰਦੇ ਮੈਂ ਫਸਟ ਕਿਸਾਨ ਦਾ ਪੁੱਤ ਹਾਂ, ਫਿਰ ਮੈਂ ਕਹਿੰਦੇ ਸੁਨੀਲ ਜਾਖੜ ਹਾਂ, ਅਤੇ ਫਿਰ ਮੈਂ ਕਹਿੰਦੇ ਪਾਰਟੀ ਦਾ ਪ੍ਰਧਾਨ ਹਾਂ। ਹੁਣ ਜਵਾਬ ਦੇਣ ਕੰਗਣਾ ਰਣੌਤ ਨੂੰ, ਹੁਣ ਜਵਾਬ ਤਾਂ ਦੇਣਾ ਚਾਹੀਦਾ। ਗਰੇਵਾਲ ਨੇ ਦੇਤਾ ਭਾਵੇਂ। ਇਹ 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 ਖੁਦਦਾਰ ਲੋਕ ਨੇ ਪੰਜਾਬ ਦੇ, ਇਹਨੂੰ ਕਹਿੰਦੇ ਖੁਦਦਾਰੀ। ਮੈਂ ਹਰਜੀਤ ਗਰੇਵਾਲ ਨੂੰ ਸ਼ਾਬਾਸ਼ ਵੀ ਦੇਣਾ ਇਸ ਚੀਜ਼ ਦੀ, ਇਹ ਖੁਦਦਾਰੀ ਹੈ, ਇਹਨੂੰ ਹੀ ਖੁਦਦਾਰੀ ਕਹਿੰਦੇ ਆ। ਬਈ ਪੰਜਾਬ ਲਈ ਖੜ੍ਹੇ ਹਾਂ ਯਾਰ, ਜਿੰਨਾ ਮਰਜ਼ੀ ਜ਼ੋਰ ਲਾ ਲਓ, ਅਸੀਂ ਪੰਜਾਬ ਲਈ, ਪੰਜਾਬੀਅਤ ਲਈ, ਪੰਜਾਬੀ ਭਾਸ਼ਾ ਲਈ, ਸੰਸਕ੍ਰਿਤੀ ਲਈ ਖੜ੍ਹੇ ਹਾਂ, ਆਪਣੇ ਵਿਰਸੇ ਲਈ ਖੜ੍ਹੇ ਹਾਂ, ਅਸੀਂ ਆਪਣੇ ਸੱਭਿਆਚਾਰ ਲਈ ਖੜ੍ਹੇ ਹਾਂ। ਇਹ ਹਰਜੀਤ ਗਰੇਵਾਲ ਦਾ ਇਹੀ ਅੰਦਰ ਝਲਕ ਪੈਂਦੀ ਪਈ ਹੈ, ਉਹਨੇ ਜਵਾਬ ਦਿੱਤਾ। ਮੈਂ ਤਾਂ ਕਹਿੰਦਾ ਜਾਖੜ ਸਾਹਿਬ ਨੂੰ ਵੀ ਖੁੱਲ੍ਹ ਕੇ ਆਉਣਾ ਚਾਹੀਦਾ, ਜਵਾਬ ਦੇਣਾ ਚਾਹੀਦਾ। ਇੱਕ ਮੈਂਬਰ ਪਾਰਲੀਮੈਂਟ ਪੰਜਾਬ 'ਤੇ ਅਟੈਕ ਕਰ ਗਈ ਆ, ਅਤੇ ਆਪਾਂ ਚੁੱਪ ਰਹੀਏ, ਉਹ ਵੀ ਬੜੀ ਮਾੜੀ ਗੱਲ ਆ। ਨਾਲੇ ਹੀ ਉਹਨਾਂ ਨੇ ਸਾਫ਼ ਕਿਹਾ, ਮੈਂ ਪੰਜਾਬ ਦਾ ਕਿਸਾਨ ਦਾ ਪੁੱਤ ਹਾਂ। ਕੈਪਟਨ ਅਮਰਿੰਦਰ ਸਿੰਘ ਨੂੰ ਠੋਕ ਕੇ ਜਵਾਬ ਦੇਣਾ ਚਾਹੀਦਾ। ਮੈਂ ਤਾਂ ਕਹਿੰਦਾ ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ, ਰਾਣਾ ਸੋਢੀ, ਕੇਵਲ ਢਿੱਲੋਂ ਡੱਟ ਕੇ ਜਾਣ, ਕਹਿਣ ਮੇਰੀ ਗੱਲ ਸੁਣੋ। ਅੱਜ ਵਕਤ ਹੈਗਾ BJP ਨੂੰ ਪੰਜਾਬ 'ਚ ਆਪਣੀ ਪ੍ਰੂਵ ਕਰਨ ਦਾ ਕਿ ਅਸੀਂ ਪੰਜਾਬ ਦੇ ਫਾਰਮਰ ਨਾਲ ਖੜ੍ਹੇ ਹਾਂ। ਅੱਜ ਦਿੱਲੀ ਜਾਣ, ਕਹਿਣ ਜੀ ਕੰਗਣਾ ਰਣੌਤ ਨੂੰ ਐਕਸਪੈਲ ਕਰੋ ਪਾਰਟੀ 'ਚੋਂ, ਅਸੀਂ ਤਦ ਖੜ੍ਹੇ ਹਾਂ ਤੁਹਾਡੇ ਨਾਲ। ਅੱਜ ਪੰਜਾਬ ਦੀ ਲੜਾਈ ਹੈ, ਪੰਜਾਬ ਦੀ ਇੱਜ਼ਤ ਦੀ ਲੜਾਈ ਹੈ, ਹੋਂਦ ਦੀ ਲੜਾਈ ਹੈ। ਇਹਨੂੰ ਇਹ ਨਾ ਲੜਾਈ ਸਮਝਣ ਕਿ ਠੀਕ ਹੈ ਯਾਰ ਇਹ ਪੋਲੀਟੀਕਲ ਬਿਆਨਬਾਜ਼ੀ ਹੈ। ਇਹ ਪੋਲੀਟੀਕਲ ਬਿਆਨਬਾਜ਼ੀ ਨਹੀਂ ਹੈ, ਪੋਲੀਟੀਕਲ ਬਿਆਨਬਾਜ਼ੀ ਇਹ ਹੁੰਦੀ ਹੈ ਕਿ ਪੰਜਾਬ ਦੇ ਲੋਕ ਜਿਹੜੇ ਆ ਕਾਂਗਰਸ ਦੀ ਸਪੋਰਟ ਕਰਦੇ ਆ, ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀ ਸਪੋਰਟ ਕਰਦੇ ਆ, ਇਹਨਾਂ ਨੇ ਪੰਜਾਬ ਦਾ ਬੇੜਾ ਗਰਕ ਕਰਾਤਾ, ਆਮ ਆਦਮੀ ਪਾਰਟੀ ਸਰਕਾਰ ਕਰ, ਇਹ ਪੋਲੀਟੀਕਲ ਬਿਆਨਬਾਜ਼ੀ ਹੋ ਸਕਦੀ ਹੈ। ਲੇਕਿਨ ਜਿਹੜੇ ਇੱਥੇ ਦੇ ਫਾਰਮਰ ਨੂੰ ਇਹ ਕਹਿਣਾ ਕਿ ਇਹ ਬਲਾਤਕਾਰੀ ਨੇ ਇਹ ਦੇਸ਼ ਦੇ ਵਿੱਚ, ਮੈਨੂੰ ਇਹ ਦੱਸੋ, ਇਹਨਾਂ ਨੇ ਤਾਂ ਸਾਫ਼ ਕਹਿ ਤਾ ਵੀ ਇਹ ਕਿਸਾਨਾਂ ਨੇ ਬੰਗਲਾਦੇਸ਼ ਬਣਾ ਦੇਣਾ ਸੀ ਉਹਦੇ ਵਾਂਗੂ। ਅਤੇ ਯਾਰ ਜਿਹੜਾ ਰੋਕਣ ਲਈ ਖੜ੍ਹੇ ਸੀ ਇਹਨਾਂ ਨੂੰ, ਜਿਹੜੀ ਹਿੰਦੁਸਤਾਨ ਦੀ ਸੈਨਾ ਖੜ੍ਹੀ ਹੈ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਦੇ ਨਾਲ, ਉਹ ਤਾਂ ਸਿੱਖ ਸਭ ਤੋਂ ਅੱਗੇ ਖੜ੍ਹੇ ਨੇ, ਸਿੱਖ ਰੈਜੀਮੈਂਟ ਖੜ੍ਹੀ ਹੈ। ਕਿਵੇਂ ਬੰਗਲਾਦੇਸ਼ ਬਣ ਜੂਗਾ, ਮੈਨੂੰ ਇਹ ਦੱਸੋ ਨਾ, ਕਿਵੇਂ ਬਣ ਜੂਗਾ? ਬੋਲਣ ਲੱਗਿਆਂ ਇਹ ਤਾਂ ਦੇਖਣਾ ਚਾਹੀਦਾ ਵੀ ਹਿੰਦੁਸਤਾਨ ਦੇ ਸਿੱਖ ਰੈਜੀਮੈਂਟ ਹਿੰਦੁਸਤਾਨ ਲਈ ਕੀ ਕਰ ਲਈ ਹੈ। ਪੜ੍ਹਨਾ ਚਾਹੀਦਾ ਨਾ ਸਿੱਖ ਵਿਰਸੇ ਬਾਰੇ, ਪੜ੍ਹਨਾ ਚਾਹੀਦਾ। ਸਿੱਖ ਜਿਹੜੇ ਮਿਲਟਰੀ ਆਫਿਸਰ ਆ ਉਹਨਾਂ ਦੀ ਹਿਸਟਰੀ ਨੂੰ ਪੜ੍ਹਨਾ ਚਾਹੀਦਾ ਵੀ ਕਿੱਦਾਂ 1962 ਦੀ ਲੜਾਈ 'ਚ ਮੇਜਰ ਧਨੋਆ ਨੇ ਕੀ ਕੀਤਾ ਸੀ, ਪੜ੍ਹਨਾ ਚਾਹੀਦਾ ਨਾ। ਡੈਕੋਰੇਟਿਡ ਅਫਸਰ ਜਿਹੜੇ ਤਗੜੇ ਹੋਏ ਨੇ, ਪੜ੍ਹਨਾ ਚਾਹੀਦਾ। ਬਿਕਰਮ ਸਿੰਘ ਮੇਜਰ ਜਨਰਲ ਬਿਕਰਮ ਸਿੰਘ ਕੌਣ ਸੀਗਾ, ਪੜ੍ਹਨਾ ਚਾਹੀਦਾ।
ਅਤੇ ਆਪਾਂ ਕਹਿ ਦਈਏ ਕਿ ਇਹਨਾਂ ਨੇ ਦੇਸ਼ ਦੇ ਵਿੱਚ ਜਿਹੜਾ ਵਾ ਤਖ਼ਤਾ ਪਲਟ ਦੇਣਾ ਸੀ ਯਾਰ। ਹਿੰਦੁਸਤਾਨ ਦੇ ਵਿੱਚ ਸੈਨਾ ਦੇ ਵਿੱਚ ਸਿੱਖ ਹਿੰਦੁਸਤਾਨ ਦੀ ਸਾਖ ਵਧਾਉਂਦੇ ਪਏ ਆ, ਡਟ ਕੇ ਖੜ੍ਹੇ ਆ। ਤਰਨਜੀਤ ਸਿੰਘ ਸੰਧੂ ਮੈਂਬਰ ਪਾਰਲੀਮੈਂਟ ਦੀ ਚੋਣ ਲੜੇ ਨੇ ਭਾਰਤੀ ਜਨਤਾ ਪਾਰਟੀ ਤੋਂ ਅੰਮ੍ਰਿਤਸਰ ਤੋਂ। ਹਿੰਦੁਸਤਾਨ ਦੀ ਸਾਖ ਵਧਾਈ ਇਸ ਸਿੱਖ ਨੇ ਅਮੈਰੀਕਾ ਦੇ ਵਿੱਚ ਬੈਠ ਕੇ, ਉੱਥੇ ਗੱਲ ਕੀਤੀ ਆ ਹਿੰਦੁਸਤਾਨ ਦੇ ਹੱਕਾਂ ਦੀ, ਅਤੇ ਤੁਸੀਂ ਇਹਨਾਂ ਨੂੰ ਕਹਿ ਦਿਓ ਇਹ ਖਾਲਿਸਤਾਨੀ ਹੈ। ਇੱਦਾਂ ਨਹੀਂ ਸਾਰੇ ਤੋਹਮਤ ਲਾਈ ਜਾ ਸਕਦੀ। ਹਾਂ, 2% 4% ਦੀ ਆਪਣੀ ਵਿਚਾਰਧਾਰਾ, ਉਹਨਾਂ ਦੀ ਕਿਸੇ ਹਿੰਦੁਸਤਾਨ ਦੇ ਵਿੱਚ ਇੱਕ ਰਾਈਟ ਟੂ ਸਪੀਚ ਹੈ, ਰਾਈਟ ਟੂ ਲਿਵ ਹੈ, ਰਾਈਟ ਟੂ ਜਿਹੜਾ ਮੇਰਾ ਧਰਮ ਹੈ ਮੈਂ ਕਿਸੇ ਧਰਮ ਨੂੰ ਅਪਣਾ ਸਕਦਾ, ਸ਼ਾਂਤੀਮਈ ਤਰੀਕੇ ਨਾਲ ਤੁਸੀਂ ਕਿਸੇ ਚੀਜ਼ ਦੀ ਡਿਮਾਂਡ ਕਰ ਸਕਦੇ ਹੋ। ਹਿੰਦੁਸਤਾਨ ਦਾ ਸੰਵਿਧਾਨ, ਡਾਕਟਰ ਬਾਬਾ ਸਾਹਿਬ ਅੰਬੇਦਕਰ ਦਾ ਲਿਖਿਆ ਸੰਵਿਧਾਨ ਤੁਹਾਨੂੰ ਇਹਦੀ ਆਗਿਆ ਦਿੰਦਾ, ਲੇਕਿਨ ਤੁਸੀਂ ਕਿਸੇ ਨੂੰ ਕਿਸੇ 'ਤੇ ਪਰਸਨਲ ਅਟੈਕ ਕਰਨ ਦਾ ਤਾਂ ਨਹੀਂ ਤੁਹਾਨੂੰ ਕਿਸੇ ਨੇ ਰਾਈਟ ਦਿੱਤਾ ਕਿ ਤੁਸੀਂ ਇਹਨਾਂ ਨੂੰ ਰੇਪਿਸਟ ਕਹਿ ਦਿਓ, ਤੁਸੀਂ ਇਹਨਾਂ ਨੂੰ ਖਾਲਿਸਤਾਨੀ ਕਹਿ ਦਿਓ। ਸੋ ਪੰਜਾਬ ਅਤੇ ਅੱਗੇ ਹਿਮਾਚਲ 'ਚ ਬੜੀ ਕੜਵਾਹਟ ਭਰੀ ਹੋਈ ਹੈ। ਤੁਸੀਂ ਦੇਖਿਆ ਪਿੱਛੇ ਬੜੀ ਮੁਸ਼ਕਲ ਸੁਖਾਵੇਂ ਹਾਲਾਤ ਹੋਏ ਨੇ, ਟੈਕਸੀ ਡਰਾਈਵਰਾਂ ਨੂੰ ਉੱਧਰ ਜਾ ਕੇ ਕੁੱਟਣ ਲੱਗ ਪਏ ਸੀ, ਉਹਨਾਂ ਨੂੰ ਇੱਧਰ ਕੁੱਟਣ ਲੱਗ ਪਏ ਸੀ। ਅਗਰ ਇਹ ਦੋਨੋਂ ਸੂਬਿਆਂ ਦੇ ਵਿੱਚ ਕਲੈਸ਼ ਹੁੰਦਾ ਤਾਂ ਮੈਨੂੰ ਲੱਗਦਾ ਇਹਦੀ ਕੰਗਨਾ ਰਣੌਤ ਜ਼ਿੰਮੇਦਾਰੀ ਹੋਏਗੀ, ਔਰ ਉਹ ਉੱਤੇ ਜਿੰਨੀਆਂ FIR ਇੱਦਾਂ ਦੀਆਂ ਪੰਜਾਬ ਅਤੇ ਹਿਮਾਚਲ 'ਚ ਲੜਾਈ ਦੀਆਂ ਹੋਣ, ਇਹ ਕੰਗਨਾ ਰਣੌਤ 'ਤੇ ਪਰਚੇ ਦਰਜ ਕੀਤੇ ਜਾਣੇ ਦੇ। ਤੁਸੀਂ ਕਿਹਾ ਕਿ ਪਰਸਨਲ ਅਟੈਕ ਨਹੀਂ ਕਰਨੇ ਚਾਹੀਦੇ, ਕਿਤੇ ਉਸੇ ਚੀਜ਼ ਦਾ ਬਦਲਾ ਤਾਂ ਨਹੀਂ ਲੈ ਰਹੇ ਕਿ ਇਹ ਪੰਜਾਬ ਦੀ ਕੁੜੀ ਨੇ ਮੇਰੇ ਥੱਪੜ ਮਾਰਤਾ ਜਾਂ ਇੱਦਾਂ ਹੋ ਗਿਆ? ਜੇ ਆਪਾਂ ਕਿਸੇ ਨੂੰ ਪਰਸਨਲ ਖਾਲਿਸਤਾਨੀ ਕਹਾਂਗੇ ਉਹਨੂੰ ਥੱਪੜ ਵੱਜੇਗਾ ਹੀ। ਆਪਾਂ ਆਪਣੀ ਭਾਸ਼ਾ ਦਿਓ, ਮੇਰੀ ਪਹਿਲੀ ਤਾਂ ਗੱਲ ਸੁਣੋ, ਸੰਸਕਾਰ ਤੁਹਾਡੀ ਜ਼ੁਬਾਨ 'ਚ ਝਲਕਦੇ, ਤੁਹਾਡੇ ਪੇਰੈਂਟਸ ਨੇ ਤੁਹਾਨੂੰ ਕੀ ਸੰਸਕਾਰ ਦਿੱਤੇ ਉਹ ਤੁਹਾਡੀ ਜ਼ੁਬਾਨ 'ਚ ਝਲਕਦੇ ਆ। ਜਿੰਨੀ ਮਰਜ਼ੀ ਔਕੜ ਆ ਜਾਏ, ਜੋ ਤੁਹਾਨੂੰ ਪਰਿਵਾਰ ਦੇ ਵਿੱਚ ਤੁਹਾਡੇ ਮਾਂ ਪਿਓ ਨੇ, ਜੋ ਤੁਹਾਡੇ ਟੀਚਰਸ ਨੇ ਤੁਹਾਨੂੰ ਪਰਵਰਿਸ਼ ਦਿੱਤੀ ਆ, ਉਹ ਤੁਹਾਡੇ ਅਲਫਾਜ਼ 'ਚ ਪਰਵਰਿਸ਼ ਨਿਕਲਣੀ ਆ। ਜੇ ਮੈਂ ਗੱਲ ਹੀ ਓਏ ਓਏ ਕਰਕੇ ਕਰਾਂਗਾ, ਇਸਦਾ ਮਤਲਬ ਮੈਨੂੰ ਮੇਰੇ ਮਾਂ ਨੇ, ਮੇਰੇ ਬਾਪ ਨੇ ਮੈਨੂੰ ਸਕੂਲ ਦੇ ਵਿੱਚ ਐਜੂਕੇਸ਼ਨ ਇਸ ਤਰ੍ਹਾਂ ਦੀ ਮਿਲੀ ਹੈ। ਜੇ ਮੇਰੀ ਜੀ ਕਹਿ ਕੇ ਗੱਲ ਨਿਕਲੇਗੀ ਅਤੇ ਅਦਬ ਨਾਲ ਨਿਕਲੇਗੀ, ਇਸਦਾ ਮਤਲਬ ਮੇਰੇ ਟੀਚਰਸ ਵੀ ਅੱਛੇ ਸੀ, ਮੇਰੇ ਮਾਂ ਪਿਓ ਵੀ ਅੱਛੇ ਸੀ। ਮੈਂ ਤਾਂ ਕਈ ਵਾਰ ਦੇਖਦਾ ਬੜੇ ਪਿਆਰ ਨਾਲ ਸਤਿਕਾਰ ਨਾਲ ਲੋਕ ਮਿਲਦੇ, ਅਤੇ ਉਹਦੇ ਸਤਿਕਾਰ ਨਾਲ ਉਹਦੀ ਪ੍ਰਭਾਸ਼ ਬੋਲੀ ਦੇ ਨਾਲ ਪਤਾ ਲੱਗਦਾ ਸੀ ਇਹ ਕਿਸੇ ਚੰਗੇ ਸਕੂਲ ਤੋਂ ਕਿਸੇ ਚੰਗੇ ਟੀਚਰ ਦਾ ਚੰਡਿਆ ਹੋਇਆ, ਇਹਦੇ ਮਾਂ ਪਿਓ ਨੇ ਇਹਨੂੰ ਬਹੁਤ ਅੱਛੀ ਪਰਵਰਿਸ਼ ਦਿੱਤੀ ਹੈ। ਅਤੇ ਜੇ ਆਪਾਂ ਉਹਦੇ ਗਲ ਪਵਾਂਗੇ ਅਤੇ ਫਿਰ ਉੱਥੋਂ ਪਤਾ ਲੱਗਦਾ ਬਈ ਇਹਦੇ ਪੱਲੇ ਕੀ ਹੈ। ਨਾਲੇ ਪੰਜਾਬ ਦੇ, ਮੈਂ ਤੁਹਾਨੂੰ ਹੁਣ ਅਲਫਾਜ਼ ਕਹਿ ਕੇ ਹਟਿਆ, ਪੰਜਾਬ ਦੇ ਲੋਕਾਂ 'ਚ ਖੁੱਦਦਾਰੀ ਬਹੁਤ ਹੈ, ਬਹੁਤ ਖੁੱਦਦਾਰ ਲੋਕ ਨੇ, ਆਪਣੀ ਜ਼ਮੀਰ ਪਿੱਛੇ, ਆਪਣੀ ਪੱਗ ਪਿੱਛੇ, ਆਪਣੀ ਇੱਜ਼ਤ ਪਿੱਛੇ ਜ਼ਿੰਦਗੀ ਵਾਰ ਦਿੰਦੇ ਆ। ਲੋਕਾਂ ਪਿੱਛੇ ਲੜਨਾ ਆਉਂਦਾ, ਜ਼ੁਲਮ ਦੇ ਖਿਲਾਫ ਲੜਨਾ ਆਉਂਦਾ, ਜ਼ਬਰ ਦੇ ਖਿਲਾਫ ਲੜਨਾ ਆਉਂਦਾ, ਇਹ ਸਿੱਖ ਹਿਸਟਰੀ ਦਾ ਹਿੱਸਾ, ਔਰ ਇਹ ਸਾਰੀ ਹਿਸਟਰੀ ਪੰਜਾਬ ਦੀ ਸਾਂਝੀ ਹੈ, ਕਿਉਂਕਿ ਸਾਡੇ ਵੀ ਉਹ ਗੁਰੂ ਸਾਹਿਬਾਨ ਆ ਜਿਨ੍ਹਾਂ ਨੇ ਸਾਨੂੰ ਇਹ ਸਿੱਖਿਆ ਦਿੱਤੀ ਹੈ। ਲੇਕਿਨ ਗੱਲ ਇਹ ਆ, ਕੰਗਣਾ ਨੂੰ ਜੇ ਇੱਦਾਂ ਹੀ ਕਰੇਗੀ ਤਾਂ ਪੰਜਾਬ ਦੇ ਲੋਕ ਮੈਨੂੰ ਨਹੀਂ ਲੱਗਦਾ ਕਿ ਇਹਨੂੰ ਸਪੇਅਰ ਕਰਨਗੇ। ਪੰਜਾਬ ਦੇ ਪ੍ਰਤੀ ਬੜੀ ਰਿਸਪੈਕਟ ਹੋਣੀ ਚਾਹੀਦੀ ਹੈ। ਪੰਜਾਬ ਦੇ ਲੋਕਾਂ ਨੇ ਬਹੁਤ ਕੁਰਬਾਨੀਆਂ ਦੇ ਕੇ ਇਸ ਦੇਸ਼ ਨੂੰ ਆਜ਼ਾਦ ਕਰਾਇਆ। ਸਭ ਤੋਂ ਜ਼ਿਆਦਾ ਇਹਨੂੰ ਇੰਨਾ ਨਹੀਂ ਪਤਾ, ਸਿੱਖਾਂ ਨੇ ਸੰਤਾਪ ਭੋਗਿਆ, ਆਜ਼ਾਦੀ ਦਵਾਈ ਵੀ ਸਿੱਖਾਂ ਨੇ ਹੈ, ਸੰਤਾਪ ਵੀ ਸਿੱਖਾਂ ਨੇ ਭੋਗਿਆ, ਠੀਕ ਹੈ ਨਾ। ਅਤੇ ਇਹ ਜਿਹੜੀ ਭਾਸ਼ਾ ਹੈਗੀ ਹੈ ਇੱਦਾਂ ਦੀ ਇਸਤੇਮਾਲ ਕਰਨੀ, ਇਹ ਪੰਜਾਬ ਦੇ ਜ਼ਖਮਾਂ ਦੇ ਉੱਤੇ ਲੂਣ ਛਿੜਕਣ ਵਾਲੀ ਗੱਲ ਹੈ। ਸਗੋਂ ਜੇ ਪੰਜਾਬ ਨਾਲ ਪਿਆਰ ਵਧਾਏ, ਜਾ ਕੇ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਮੈਂਬਰ ਪਾਰਲੀਮੈਂਟ ਗੱਲ ਉੱਠ ਚੱਕੇ ਕਿ ਪੰਜਾਬ ਨੂੰ ਪੈਕੇਜ ਦਿਓ, ਬਾਰਡਰ ਸਟੇਟ ਹੈ, ਇੰਡਸਟਰੀ ਲਿਆਓ,
ਪੰਜਾਬ ਦੇ ਵਿੱਚੋਂ ਡਰੱਗ ਕਿੱਦਾਂ ਖਤਮ ਕੀਤੀ ਜਾ ਸਕਦੀ ਹੈ, ਪਾਕਿਸਤਾਨ ਦੀਆਂ ਜਿਹੜੀਆਂ ਏਜੰਸੀਆਂ ਉਹ ਵਰਕ ਕਰ ਰਹੀਆਂ, ਆਪਾਂ ਉਹਨਾਂ ਨੂੰ ਕਿੱਦਾਂ ਨੱਥ ਪਾਉਣੀ ਹੈ, ਫਿਰ ਤਾਂ ਲੋਕਾਂ ਨੂੰ ਲੱਗੇ ਕਿ ਪੰਜਾਬ ਦੇ ਹੱਕਾਂ ਦੀ ਗੱਲ ਕਰ ਰਹੀ ਹੈ। ਹੁਣ ਜੇ ਕਹਿਣਾ ਹੀ ਕਿ ਇੱਥੇ ਦੇ ਲੋਕ ਰੈਪਿਸਟ ਹੈ, ਤਖਤਾਂ ਪਲਟਣਾ ਚਾਹੁੰਦੇ ਆ, ਇਹਨੂੰ ਇਹ ਨਹੀਂ ਪਤਾ ਪੰਜਾਬ ਦੇ ਲੋਕ ਹੀ ਤਖਤੇ ਨੂੰ ਬਚਾ ਕੇ ਰੱਖੇ ਹੋਏ ਆ, ਪੰਜਾਬ ਦੇ ਲੋਕਾਂ ਨੇ ਹੀ ਬਚਾ ਕੇ ਰੱਖਿਆ ਹੋਇਆ ਹਿੰਦੁਸਤਾਨ ਨੂੰ। ਬਿਲਕੁਲ, ਇਹ ਉਹ ਸਾਰੀਆਂ ਗੱਲਾਂ ਜੋ ਕੰਗਣਾ ਰਣੌਤ ਨੂੰ ਡਾਕਟਰ ਸੁਰਿੰਦਰਪਾਲ ਨੇ ਕਹੀਆਂ ਜਾਂ ਕਹਿ ਦਈਏ ਕਿ ਤੁਹਾਨੂੰ ਦੱਸੀਆਂ ਨੇ, ਇਹ ਉਹ ਸਾਰੀਆਂ ਗੱਲਾਂ ਪ੍ਰਵੇਲ ਕਰਦੀਆਂ, ਹਿਸਟੋਰੀਕਲ ਈਵੈਂਟਸ ਹਿਸਟੋਰੀਕਲ ਫੈਕਟਰਸ ਜਿਹੜੇ ਪ੍ਰਵੇਲ ਕਰਦੇ ਆ, ਉਹਨਾਂ ਨੂੰ ਵੀ ਪਤਾ ਹੋਣੇ ਚਾਹੀਦੇ, ਸਭ ਨੂੰ ਪਤਾ ਹੋਣੇ ਚਾਹੀਦੇ ਪੰਜਾਬ ਦਾ ਇਤਿਹਾਸ ਹੈ। ਖੈਰ, ਕੰਗਣਾ ਰਣੌਤ ਨੂੰ ਲੈ ਕੇ ਕੀ ਕੁਝ ਹੁੰਦਾ ਆਉਂਦੇ ਦਿਨਾਂ ਦੇ ਵਿੱਚ ਵੇਖਣਾ ਹੋਵੇਗਾ, ਜੋ ਵੀ ਹੋਏਗਾ ਦੱਸਦੇ ਰਹਾਂਗੇ। ਬਣੇ ਰਹੋ ਵਨ ਇੰਡੀਆ ਪੰਜਾਬੀ।